ਅੰਤਰਰਾਸ਼ਟਰੀ ਮੁਦਰਾ ਫੰਡ ਨੇ ਸਾਲ 2024 ਵਿੱਚ ਭਾਰਤ ਦੇ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.7% ਕਰ ਦਿੱਤਾ ਹੈ ਇਹ ਉਸ ਦੇ ਪਿਛਲੇ ਪਹਿਲੇ ਅਨੁਮਾਨ 6.3% ਦੇ 40 ਅਧਾਰ ਅੰਕ ਤੋਂ ਜ਼ਿਆਦਾ ਹੈ ਆਪਣੀ ਤਾਜ਼ਾ ਰਿਪੋਰਟ ਵਿੱਚ ਕਮਾਂਤਰੀ ਮੁਦਰਾ ਫੰਡ ਨੇ ਕਿਹਾ ਹੈ ਕਿ ਭਾਰਤ ਦੀ ਕੁੱਲ ਘਰੇਲੂ ਉਤਪਾਦ ਵਾਧਾ ਦਰ 6.5% ਰਹੇਗੀ ਇਸ ਸਾਲ 2025-2026 ਦੇ ਪਹਿਲਾਂ ਦੇ ਅਨੁਮਾਨ ਦੇ ਵੀ ਅਧਾਰ ਅੰਕ ਵਧਾ ਹੈ ਫੰਡ ਨੇ ਕਿਹਾ ਕਿ ਭਾਰਤ ਵਿੱਚ ਮਜ਼ਬੂਤ ਜਨਤਕ ਨਿਵੇਸ਼ ਅਤੇ ਅਨੁਕੂਲ ਕਿਰਤ ਬਾਜ਼ਾਰ ਵਰਗੇ ਸੰਕੇਤਕਾਂ ਨਾਲ ਭਾਰਤ ਦੀ ਵਾਧਾ ਦਰ ਦਾ ਪਤਾ ਚੱਲਦਾ ਹੈ ਫੰਡ ਨੇ ਕਿਹਾ ਕਿ ਭਾਰਤ ਵਿੱਤੀ ਸਾਲ 2024 ਲਈ ਆਪਣੇ ਚਾਲੂ ਖਾਤਾ ਘਾਟੇ ਦੇ ਅਨੁਮਾਨ ਨੂੰ ਕੁੱਲ ਘਰੇਲੂ ਉਤਪਾਦ ਦੇ 1.8% ਤੋਂ ਘਟਾ ਕੇ 1.6% ਕਰ ਦਵੇਗਾ ਫੰਡ ਅਨੁਸਾਰ ਭਾਰਤ ਦੁਨੀਆ ਦੀ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਵੱਧ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣ ਗਿਆ ਹੈ ਇਸ ਦੌਰਾਨ ਵਿੱਤੀ ਸਾਲ 2023 ਵਿੱਚ ਭਾਰਤ ਦੀ ਆਰਥਿਕ ਵਾਧਾ ਦਰ ਵਿੱਚ ਪਿਛਲੇ ਸਾਲ ਦੇ ਮੁਕਾਬਲੇ 7.2% ਦਾ ਵਾਧਾ ਹੋਇਆ ਸੀ